ਮਾਤਰ ਤੋਂ ਸੰਪੂਰਨ ਭੋਗ ਪਾਏ ਗਏ ਹਨ, ਉਪਰੰਤ ਆਪ ਜੀ ਦੀ ਹਜ਼ੂਰੀ ਅੰਦਰ ਹਰੀ ਜਸ ਕੀਰਤਨ ਕੀਤੇ ਗਏ ਹਨ, ਗੁਰਬਾਣੀ ਦੀ ਵਿਚਾਰ ਕੀਤੀ ਗਈ ਹੈ, ਇਤਿਹਾਸ ਦੀ ਵਿਚਾਰ ਕੀਤੀ ਗਈ ਹੈ। ਕਿਰਪਾ ਕਰਨੀ ਸਤਿਗੁਰ ਜੀ ਪਵਿੱਤਰ ਹੁਕਮਨਾਮੇ ਬਖਸ਼ ਕੇ ਕਰੋ, ਸੰਗਤਾਂ ਨੂੰ ਨਿਹਾਲ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਸੋਝੀ ਪੇਟਾ ਕਰੋ, ਸਹੀ ਪਿਆਰਿਆਂ ਦੇ ਮੇਲ ਮੇਲੋ, ਜਿਨ੍ਹਾਂ ਦੇ ਮੇਰੇ ਆਪ ਜੀ ਦਾ ਨਾਮ ਜਿੱਤਿਆ ਵੈ, ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਦੇ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਪਾਵਨ ਤੇ ਪਵਿੱਤਰ ਗ੍ਰੰਥ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੀ ਜੁੜ ਬੱਚੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਕਰੋ ਰਸਨਾ ਪਵਿੱਤਰ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਥੇ ਬੈਠੇ ਨੇ ਮੰਤਰੀ ਸਾਹਿਬ ਦੇ ਬੇਟੇ, ਉਹਨਾਂ ਦੇ ਪਰਿਵਾਰ ਵੱਲੋਂ ਹਾਜ਼ਰ ਹੁੰਦਾ ਹੋਇਆ ਉਸ ਪੰਕ ਦਾ ਪਰਮਾਤਮਾ ਦੇ ਚਰਨਾਂ 'ਤੇ ਅਰਦਾਸ ਬੇਨਤੀ ਕਿ ਸਾਡੇ ਸਰਕਾਰ ਜੋ ਅੰਕਲ ਚੰਦ ਸਿੰਘ ਜੀ ਨੂੰ ਆਪਣੇ ਚਰਨਾਂ 'ਤੇ ਨਿਵਾਸ ਬਖਸ਼ਿਓ, ਔਰ ਪਿੱਛੇ ਮੇਰੇ ਭਰਾ ਮੇਜਰ ਸਿੰਘ ਜੀ ਅਤੇ ਪ੍ਰਗਟ ਸਿੰਘ ਜੀ ਸਾਰੇ ਹੀ ਪਰਿਵਾਰ ਨੂੰ ਇਹ ਬਖਸ਼ਣ ਦੀ ਸ਼ਕਤੀ ਪ੍ਰਦਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। MLA ਹਲਕਾ ਅਮਲੋਹ ਤੋਂ ਸਰਦਾਰ ਚੰਦ ਸਿੰਘ ਜੀ ਨੂੰ ਸਰਦਾਰ ਸਰਕਾਰ ਭੇਟ ਕਰਨਗੇ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕਰਨਗੇ। ਡਾਕਟਰ ਰਣਜੀਤ ਸਿੰਘ ਜੀ MLA ਹਲਕਾ ਅਮਲੋਹ, ਸਰਦਾਰ ਚੰਦ ਸਿੰਘ ਜੀ ਦੀ ਅੰਤਿਮ ਅਰਦਾਸ, ਉਹਨਾਂ ਦੇ ਪਰਿਵਾਰ ਦੇ ਨਾਲ ਸਰਦਾਰ ਪ੍ਰਗਟ ਸਿੰਘ ਅਤੇ ਸਰਦਾਰ ਮੇਜਰ ਸਿੰਘ ਜੀ ਦੁੱਖ ਦੀ ਘੜੀ ਦੇ ਤਹਿਤ ਸ਼ਿਰਕਤ ਦੇ ਰੂਪ ਵਿਰਾਜਮਾਨ ਸਾਰੀ ਸਤਿਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਦੀ ਅਰਥ ਕਰਕੇ ਫਤਿਹ ਜੋ ਫਤਿਹ ਨਾਲ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀ ਰਹਿ ਗਏ ਬਹੁਤ ਮੇਰੇ ਦੇ, ਸਾਰੀ ਸਾਹਿਬ ਰੁੱਖ ਮੇਰੇ ਨਾਲ ਬਹੁਤ ਚਿਰ ਤਰਸ ਕੀਤੀ ਹੈ, ਇਹਨਾਂ ਦਾ ਵੀ ਬਹੁਤ ਅਨੁਭਵ ਪਹੁੰਚਦੇ। ਹੁਣ ਗੁਰੂ ਕੀਆਂ ਡੇਗਾਂ ਵਰਤਣਗੀਆਂ, ਚਾਹ ਦਾ ਲੰਗਰ ਤਿਆਰ ਹੈ, ਸਾਰੇ ਭੈਣ ਭਰਾਵਾਂ ਨੂੰ ਚਾਹ ਚੱਕ ਕੇ ਜਾਣਾ। ਜਿਸ ਮੇਰੇ ਮਾਈ ਭਾਈ ਨੇ ਕਿਸੇ ਨੇ ਪ੍ਰਸ਼ਾਦਾ ਪਾਣੀ ਨਹੀਂ ਕੱਟਿਆ ਤਾਂ ਪ੍ਰਸ਼ਾਦਾ ਪਾਣੀ ਜ਼ਰੂਰ ਕੱਟ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
Thank you.
ਆਜੋ ਆਜੋ ਕੋਈ ਤੁਸੀਂ ਹੋ ਜਾਣਾ ਸੱਚ ਜਾਣਿਓ ਫਿਰ ਆਪਣਾ ਇੱਥੇ ਆਪਣਾ ਪ੍ਰਮਾਣ ਨਹੀਂ ਹੋਵੇਗਾ।
ਪਰਿਵਾਰ ਨੂੰ ਜ਼ਰੂਰ ਪਤਾ ਲੱਗ ਜਾਵੇਗਾ ਕਿ ਫਲਾਣਾ ਰਿਸ਼ਤੇਦਾਰ, ਫਲਾਣਾ ਭੈਣ ਭਾਈ, ਸੱਜਣ ਮਿੱਤਰ ਅੰਤਿਮ ਅਰਦਾਸ ਦੇ ਵਿੱਚ ਪਹੁੰਚੇ ਨੇ। ਸੱਚ ਜਾਣਿਓ ਪਰ ਗੁਰੂ ਚਰਨਾਂ ਵਿੱਚ ਹਾਜ਼ਰੀ ਪ੍ਰਵਾਨ ਨਹੀਂ ਹੋਵੇਗੀ ਜੇ ਮਨ ਕਰਕੇ ਹਾਜ਼ਰੀ ਨਾ ਲਵਾਈ। ਇਸ ਕਰਕੇ ਆਓ ਸਭ ਤੋਂ ਪਹਿਲਾਂ ਸਾਰੀ ਸੰਗਤ ਇੱਕ ਵਾਰੀ ਆਪਣੀ ਹਾਜ਼ਰੀ ਤਨ ਅਤੇ ਮਨ ਕਰਕੇ ਲਵਾਈਏ ਗੁਰੂ ਚਰਨਾਂ ਦੇ ਵਿੱਚ, ਤਾਂ ਕਿ ਆਪਣਾ ਇੱਥੇ ਆਉਣਾ ਸਫਲ ਹੋ ਸਕੇ। ਇੱਥੇ ਆਉਣਾ ਆਪਣਾ ਗੁਰੂ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਵੇ, ਆਪਣੀ ਸਵਾਸ ਸਫਲੇ ਹੋ ਜਾਣ। ਜਿੰਨਾ ਸਮਾਂ ਆਪਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਆਨੰਦ ਮਾਣਿਆ, ਉਹ ਘੜੀਆਂ ਉਹ ਪਲ ਆਪਣੇ ਸਫਲੇ ਹੋ ਜਾਣ। ਆਓ ਜਿੰਨੀ ਵੀ ਸੰਗਤ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੈ, ਆਓ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਇੱਕ ਵਾਰੀ ਹੱਥ ਜੋੜੋ, ਮਨ ਬਿਰਤੀਆਂ ਮਨ ਗੁਰੂ ਦੇ ਚਰਨਾਂ ਦੇ ਵਿੱਚ ਜੋੜੀਏ। ਸਾਰੀ ਸੰਗਤ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਪਾਵਨ ਪਵਿੱਤਰ ਸ਼ਬਦ ਸਰਵਣ ਕੀਤੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਸਤਿਗੁਰੂ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ, ਕਿਉਂਕਿ ਜਿਤਨੀ ਵੀ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਸਾਰੀ ਗੁਰਬਾਣੀ ਦੇ ਵਿੱਚ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਕ ਕੀਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਆਖਦੇ ਨੇ ਭਾਈ ਕਿ ਜਿਨ੍ਹਾਂ ਨੇ ਇਸ ਸੰਸਾਰ 'ਤੇ ਆ ਕੇ ਪਰਮਾਤਮਾ ਦੇ ਗੁਣ ਨਹੀਂ ਗਾਏ ਉਹਨਾਂ ਦਾ ਜਨਮ ਅਕਾਰਥ ਚਲਾ ਜਾਵੇਗਾ, ਉਹਨਾਂ ਦਾ ਜਨਮ ਵਿਰਥਾ ਚਲਾ ਜਾਵੇਗਾ ਜਿਨ੍ਹਾਂ ਨੇ ਇਸ ਸੰਸਾਰ 'ਤੇ ਆ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਨਹੀਂ, ਕਦੇ ਗੁਰੂ ਦਾ ਸ਼ੁਕਰਾਨਾ ਨਹੀਂ ਕੀਤਾ, ਕਦੇ ਗੁਰੂ ਅੱਗੇ ਆ ਕੇ ਅਰਦਾਸ ਨਹੀਂ ਕੀਤੀ ਕਿ ਸਤਿਗੁਰੂ ਜੀ ਆਪ ਜੀ ਦਾ ਕੋਟ ਕੋਟ ਧੰਨਵਾਦ ਸ਼ੁਕਰਾਨਾ ਜੋ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਸਾਨੂੰ ਮਨੁੱਖਾ ਜਨਮ ਬਖਸ਼ਿਸ਼ ਕੀਤਾ। ਵਾਹਿਗੁਰੂ ਜੀ ਆਪ ਜੀ ਦਾ ਦਿੱਤਾ ਹੋਇਆ ਸਭ ਕੁਝ ਹੈ, ਘਰ ਬਾਰ ਮਹਿਲ ਵਾਲੀਆਂ ਸਭ ਕੁਝ ਆਪ ਜੀ ਦਾ ਦਿੱਤਾ ਹੋਇਆ, ਬਸ ਕੇਵਲ ਆਪਣੇ ਦਾਸ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ। ਸੱਚ ਕਦੇ ਵੀ ਆਪਣੇ ਮਨ ਦੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਮਨੁੱਖ ਦੇ ਮਨ ਦੀ ਲਾਲਸਾ ਖਤਮ ਨਹੀਂ ਹੁੰਦੀ। ਲਾਲਚ ਲਾਗੇ ਜਨਮ ਗਵਾਇਆ ਮਾਇਆ ਧਰਮ ਭੁਲਾਵੇਂਗਾ, ਕਿਉਂਕਿ ਮਾਇਆ ਨੇ ਲਾਲਚ ਨੇ ਆਪਣੀ ਮੱਤ ਮਾਰ ਦਿੱਤੀ ਹੈ ਕਿ ਆਪਣਾ ਨੂੰ ਪਰਮਾਤਮਾ ਚੇਤੇ ਨਹੀਂ, ਰੱਬ ਨੂੰ ਵਿਸਾਰ ਦਿੱਤਾ ਭੁੱਲ ਗਏ। ਇਹ ਜਗਤ ਦੀ ਝੂਠੀ ਪ੍ਰੀਤ ਦੇ ਵਿੱਚ ਆਪਾਂ ਜਕੜੇ ਗਏ ਹਾਂ, ਪਰਿਵਾਰ ਦੇ ਮੋਹ ਵਿੱਚ ਫਸੇ ਹੋਏ ਹਾਂ, ਜਿਸ ਮੋਹ ਦੇ ਵਿੱਚੋਂ ਨਿਕਲਿਆ ਨਹੀਂ ਜਾ ਰਿਹਾ। ਪਰਮਾਤਮਾ ਨੂੰ ਵਿਸਾਰ ਦਿੱਤਾ ਸਤ ਸੰਗਿਓ, ਜਿਸ ਪਰਮਾਤਮਾ ਨੇ ਵਾਹਿਗੁਰੂ ਨੇ ਇੰਨਾ ਅਨਮੋਲਿਕ ਮਨੁੱਖਾ ਜਨਮ ਬਖਸ਼ਿਸ਼ ਕੀਤਾ, ਜਿਸ ਪਰਮਾਤਮਾ ਨੇ ਸਭ ਕੁਝ ਬਖਸ਼ ਦਿੱਤਾ, ਕੱਪੜੇ ਪਹਿਨਣੇ ਬਖਸ਼ੇ ਹੋਏ ਨੇ, ਅਨੇਕਾਂ ਪ੍ਰਕਾਰ ਦੇ ਰਸ ਬਖਸ਼ੇ ਨੇ ਪਰਮਾਤਮਾ ਨੇ, ਅੰਨ ਖਾਣ ਕੱਪੜ ਦੀ ਆ ਪਰਮਾਤਮਾ ਨੇ ਸਭ ਕੁਝ ਬਖਸ਼ਿਸ਼ ਕਰ ਦਿੱਤਾ। ਪਰ ਅੰਤ ਦੇ ਵਿੱਚ ਸਤਿਗੁਰੂ ਜੀ ਕੀ ਆਖਦੇ ਨੇ, ਜਿਹਨੇ ਸੰਸਾਰ ਦੇ ਵਿੱਚ ਆ ਕੇ ਰੱਬ ਨੂੰ ਭੁਲਾ ਦਿੱਤਾ, ਭੁੱਲ ਗਏ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਪਰ ਸਤਿਗੁਰੂ ਜੀ ਕੀ ਆਖਦੇ ਨੇ, ਗੁਰੂ ਜੀ ਆਖਦੇ ਨੇ ਭਾਈ ਇਹ ਜਿਹੜਾ ਤੇਰਾ ਪਰਿਵਾਰ ਹੈ ਨਾ, ਤੇਰੇ ਧੀਆਂ ਪੁੱਤਰ
ਭੈਣ ਭਾਈ ਮਾਤਾ ਪਿਤਾ ਰਹਿਤ ਸੰਗ ਲਾਗੇ ਜਬ ਹੀ ਹੰਸ ਤਜ ਇਹ ਗਾਇਆ ਪ੍ਰੇਤ ਪ੍ਰੇਤ ਕਰ ਭਾਗੀ। ਸਤਿਗੁਰੂ ਜੀ ਆਖਦੇ ਨੇ ਜਦ ਇਸ ਕਰਕੇ ਸਤਿਗੁਰੂ ਜੀ ਸਮਝਾਉਣ ਦਾ ਯਤਨ ਕਰ ਰਹੇ ਨੇ ਭਾਈ ਜਗਤ ਮੈਂ ਝੂਠੀ ਦੇਖੀ ਪ੍ਰੀਤ ਭਾਈ ਇਹ ਸਾਰੀਆਂ ਪ੍ਰੀਤਾਂ ਝੂਠੀਆਂ ਨੇ ਸੱਚੀ ਪ੍ਰੀਤ ਕਿਹੜੀ ਹੈ ਰੱਬ ਦਾ ਨਾਮ ਗੁਰੂ ਦਾ ਸਿਮਰਨ ਸੇਵਾ ਰੱਬ ਦੇ ਨਾਲ ਸੱਚੀ ਪ੍ਰੀਤ ਪਾ ਲਈ ਤੇ ਯਾਦ ਰੱਖੀ ਤੈਨੂੰ ਇੱਥੇ ਵੀ ਸੁੱਖੇ ਤੇ ਅੱਗੇ ਪ੍ਰਲੋਕ ਦੇ ਵਿੱਚ ਵੀ ਜਾ ਕੇ ਤੈਨੂੰ ਸੁੱਖ ਪ੍ਰਾਪਤ ਹੋਵੇਗਾ। ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪ ਹੈ ਮੇਲੇ। ਜਦੋਂ ਤੂੰ ਗੁਰੂ ਨਾਲ ਮਿਲ ਗਿਆ ਨਾ ਸੱਚੇ ਪਰਮਾਤਮਾ ਨਾਲ ਤੇਰਾ ਮਿਲਾਪ ਹੋ ਗਿਆ ਫਿਰ ਤੇਰਾ ਜਨਮ ਸਫਲ ਹੋ ਜਾਵੇਗਾ ਫਿਰ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾ ਕੇ ਅੱਖਾਂ ਨੀਵੀਆਂ ਨਹੀਂ ਕਰਨੀਆਂ ਪੈਣੀਆਂ ਧਰਮ ਰਵਾਉਣਾ ਕਿ ਭਾਈ ਦੱਸ ਸੰਸਾਰ ਵਿੱਚ ਗਿਆ ਸੀ ਕੀ ਕੁਝ ਖੱਟ ਕੇ ਲਿਆਇਆ ਪਿਆਸਾ ਖੱਟਿਆ ਤਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਹਰ ਕੁਰਬਾਨ ਦਰ ਬੈਠਾ ਆਇਆ। ਜਦੋਂ ਤੈਨੂੰ ਫਰਮਾਨ ਆ ਗਿਆ ਤੇ ਯਾਦ ਰੱਖੀ ਤੈਨੂੰ ਇਸ ਸੰਸਾਰ ਤੋਂ ਜਾਣਾ ਪਵੇਗਾ ਫਿਰ ਉੱਥੇ ਜਾ ਕੇ ਜਦੋਂ ਹਿਸਾਬ ਕਿਤਾਬ ਹੋਣਾ ਨਾ ਇੱਕ ਇੱਕ ਘੜੀ ਇੱਕ ਇੱਕ ਪਲ ਦਾ ਤੇਰੇ ਲੇਖਾ ਮੰਗਿਆ ਜਾਣਾ ਜਿੱਦਰ ਗੁਪਤ ਜਾਂ ਬਲੇਖਾ ਮੰਗੇ ਤਬ ਤਵਣ ਪੜਦਾ ਤੇਰਾ ਢੱਕ ਹੈ ਉੱਥੇ ਕਿਸੇ ਨੇ ਤੇਰੇ ਪੜਦਾ ਨਹੀਂ ਢੱਕਣਾ ਉੱਥੇ ਕੋਈ ਰਿਸ਼ਵਤ ਨਹੀਂ ਚੱਲਣੀ ਉੱਥੇ ਕੋਈ ਸਿਫਾਰਸ਼ ਨਹੀਂ ਚੱਲਣੀ ਉੱਥੇ ਤੇ ਕੀਤੀ ਹੋਈ ਕਮਾਈ ਨਾਮ ਧਨ ਦੀ ਕਮਾਈ ਨੇ ਤੇਰਾ ਸਾਥ ਦੇਣਾ ਇਹ ਮਾਇਆ ਨੇ ਤੇਰਾ ਸਾਥ ਨਹੀਂ ਦੇਣਾ ਇਹ ਮਾਇਆ ਤੇ ਸਤ ਸੰਗਿਓ ਘਰ ਆ ਮਹਿਲ ਮਾਰੀਆਂ ਧਨ ਪਦਾਰਥ ਸਭ ਕੁਝ ਇੱਥੇ ਹੀ ਮਨੁੱਖ ਕੱਢ ਕੇ ਚਲਾ ਜਾਂਦਾ ਨਾਲ ਝੁਕੀਆਂ ਨੇ ਪਰਮਾਤਮਾ ਨੇ ਤੈਨੂੰ ਸੰਸਾਰ ਤੇ ਭੇਜਿਆ ਕਿ ਜਾ ਭਾਈ ਜਾ ਕੇ ਪਰਮਾਤਮਾ ਦਾ ਨਾਮ ਸਿਮਰ ਜਿਹੜੇ ਤੇਰੇ ਮਨ ਨੂੰ ਜਨਮਾਂ ਜਨਮਾਤਰਾਂ ਨੂੰ ਮੈਂ ਰੱਬ ਹੈ ਜੇ ਆਪਾਂ ਸੰਗਤ ਦੇ ਵਿੱਚ
ਬੈਠ ਕੇ ਆਨੰਦ ਪ੍ਰਾਪਤ ਕਰਾਂਗੇ ਨਾ ਤੇ ਰੱਬ ਦੀ ਕਿਰਪਾ ਹੋਵੇਗੀ। ਜੇ ਸੰਗਤ ਵਿੱਚ ਬੈਠ ਕੇ ਵੀ ਮਨ ਨੂੰ ਟਿਕਾ ਹਾਸਲ ਨਾ ਹੋਇਆ ਫਿਰ ਰੱਬ ਦੀ ਕਿਰਪਾ ਨਹੀਂ ਹੋਣੀ। ਜਿੱਥੇ ਆ ਕੇ ਵੀ ਗੁਰੂ ਚਰਨਾਂ ਵਿੱਚ ਰਹਿ ਕੇ ਵੀ ਮਨ ਟਿਕਿਆ ਨਾ, ਇੱਥੇ ਵੀ ਆ ਕੇ ਮਨ ਭਟਕਦਾ ਹੀ ਰਿਹਾ ਫਿਰ ਆਪਣੀ ਹਾਜ਼ਰੀ ਪ੍ਰਮਾਣ ਨਹੀਂ ਹੋਣੀ। ਇਸ ਕਰਕੇ ਸਤਿਗੁਰੂ ਜੀ ਆਖਦੇ ਨੇ ਭਾਈ ਜਿਹੜੇ ਕੰਮਾਂ ਦੇ ਪਿੱਛੇ ਤੇਰਾ ਮਨ ਭੱਜਿਆ ਫਿਰਦਾ ਨਾ, ਧੋੜਿਆ ਫਿਰਦਾ, ਜਿਹੜੇ ਕੰਮਾਂ ਦੀ ਤੈਨੂੰ ਚਿੰਤਾ ਖਾਈ ਜਾ ਰਹੀ ਹੈ, ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਵੀ ਤੇਰਾ ਮਨ ਟਿਕਦਾ ਨਹੀਂ, ਘਰ ਦੇ ਕੰਮਾਂ ਕਾਰਾਂ ਦੇ ਵਿੱਚ ਧੋੜਿਆ ਫਿਰਦਾ, ਗੁਰੂ ਜੀ ਆਖਦੇ ਨੇ ਅਵਰ ਕਾਜ ਤੇਰਾ ਕੀਤਾ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਹ ਭਾਈ ਇਹ ਸਾਰੇ ਕੰਮ ਤੇਰੇ ਵਿਰਥੇ ਨੇ, ਜਦੋਂ ਸਮਾਂ ਆਉਣਾ ਹੈ ਨਾ, ਜਦੋਂ ਸਮਾਂ ਆਉਣਾ ਨਾ ਮੌਤ ਦਾ, ਕਿਉਂਕਿ ਹਰ ਇੱਕ ਮਨੁੱਖ ਨੇ ਆਪੋ ਆਪਣੀ ਵਾਰੀ ਜੀ ਇਸ ਸੰਸਾਰ ਵਿੱਚ ਆਏ, ਜਿਤਨੇ ਕੁ ਪਰਮਾਤਮਾ ਨੇ ਇਹਨਾਂ ਨੂੰ ਸਵਾਸਾ ਪੂੰਜੀ ਬਖਸ਼ੀ ਉਸ ਨੂੰ ਭੋਗਦਿਆਂ ਹੋਇਆਂ ਇਹ ਸੰਸਾਰ ਤੋਂ ਇਹਨਾਂ ਨੂੰ ਜਾਣਾ ਪਿਆ। ਤੇ ਯਾਦ ਰੱਖਿਓ ਰਹਿਣਾ ਆਪਾਂ ਵੀ ਨਹੀਂ, ਪਰ ਆਪਾਂ ਵੀ ਇੱਕ ਦਿਨ ਇਸ ਸੰਸਾਰ ਤੋਂ ਚਲਾ ਜਾਣਾ ਹੈ, ਪਰ ਕੁਝ ਖੱਟ ਕੇ ਜਾਣਾ, ਕੁਝ ਲਾਹਾ ਪ੍ਰਾਪਤ ਕਰਕੇ ਜਾਣਾ ਹੈ। ਪਰਮਾਤਮਾ ਦਾ ਨਾਮ ਸਿਮਰਨ ਹੈ, ਗੁਰੂ ਦੀ ਬੰਦਗੀ ਦੇਖੀ ਕਰੀ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਇਸ ਕਰਕੇ ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਮਝਾਉਣ ਦਾ ਜਿਹੜਾ ਯਤਨ ਕੀਤਾ ਹੈ, ਸਤਿਗੁਰੂ ਜੀ ਆਖਦੇ ਨੇ ਭਾਈ ਕਿ ਤੂੰ ਇਹ ਸੰਸਾਰ ਤੇ ਇੱਕ ਪ੍ਰਾਹੁਣਾ ਬਣ ਕੇ ਆਇਆ ਹੈ, ਤੂੰ ਇਹ ਸੰਸਾਰ ਤੇ ਇੱਕ ਪ੍ਰਾਹੁਣਾ ਬਣ ਕੇ ਆਇਆ ਹੈ। ਹੁਣ ਤੇ ਆਪਾਂ ਕਹਿੰਦਾ ਕਿ ਮੇਰਾ ਪੁੱਤਰ ਹੈ, ਇਹ ਮੇਰਾ ਮਾਤਾ ਪਿਤਾ, ਇਹ ਮੇਰੇ ਭੈਣ ਭਾਈ ਨੇ, ਪਰ ਸਤਿਗੁਰੂ ਜੀ ਆਖਦੇ ਨੇ ਜਦੋਂ ਸਮਾਂ ਹੋਇਆ ਨਾ, ਅਸਲਾ ਸਮਾਂ ਮੇਰਾ ਆਉਣਾ ਹੈ, ਯਾਦ ਰੱਖੀ ਉਦੋਂ ਤੇਰਾ ਕਿਸੇ ਨੇ ਸੰਗੀ ਸਭ ਤੋਂ ਨਹੀਂ ਬਣਨਾ। ਇਹ ਪਰਮਾਤਮਾ ਦੀ ਇੱਕ ਅਚਰਜ, ਕਿਸੇ ਤੇ ਅੱਤ ਦੀ ਗਰੀਬੀ ਆ ਜਾਵੇ ਤੇ ਜਿਹੜਾ ਅਮੀਰ ਮਨੁੱਖ ਹੋਵੇਗਾ ਉਹ ਗਰੀਬ ਮਨੁੱਖ ਨੂੰ ਬੁਲਾਉਂਦਾ। ਤੇ ਕਿਤੇ ਮੇਰੀ ਗੱਲ ਕਰਦੇ ਆਪਾਂ ਜਿਹੜੇ ਘਰਾਂ ਨੂੰ ਜ਼ਮੀਨ ਜਾਂ ਆਪਾਂ ਨੂੰ ਉੱਚਾ ਚਮਾਰਾ ਹੋਵੇ, ਹਰ ਕੋਈ ਬਹੁਤ ਸੋਹਣੇ ਮਹਿਲ ਬਣਾਏ ਹੋਏ, ਕੋਣ ਨਾਮ ਧਨ ਦੀ ਕਮਾਈ ਹੈ ਨਾ ਉਹ ਆਪਣਾ ਘਰ ਬਣਾ ਲੈਂਦੇ ਹਨ। ਅਸਲੀ ਘਰ ਜਿਹੜਾ ਹੈ ਉਹ ਘਰ ਤੋਂ ਮਨੁੱਖ ਬਣਾ ਲੈਂਦਾ ਹੈ, ਤੇ ਜਿਹਨਾਂ ਨੇ ਸਤਿਗੁਰੂ ਜੀ ਆਖਦੇ ਨੇ ਉਹਨਾਂ ਨੂੰ ਇਸ ਸੰਸਾਰ ਤੋਂ ਅੰਤ ਸਮੇਂ ਪਛਤਾਵਣਾ ਵਧੇਗਾ, ਮੁੜੇ ਫਿਰ ਪਾਛਾ ਪਛਤਾਵਣਾ। ਮਾਇਆ ਸਾਰੀ ਮਾਇਆ ਇਕੱਤਰ ਕੀਤੀ ਸੋਚ ਨੇ, ਕਿਸੇ ਨੂੰ ਕੰਮ ਕਰਨ ਦੀ ਲੋੜ ਨਹੀਂ। ਉਹ ਸੇਠ ਆਖਣ ਲੱਗਾ ਮੁਨੀਮ ਜੀ ਕਿ ਜਿਹੜੀ ਮੇਰੀ ਗਿਆਰਵੀਂ ਪੀੜੀ ਹੋਵੇਗੀ ਉਹ ਕਿਉਂ ਖਾਵੇਗੀ। ਮੁਨੀਮ ਨੂੰ ਪੁੱਛਿਆ ਕਿ ਕੋਈ ਮੈਨੂੰ ਢੰਗ ਦੱਸ, ਕੋਈ ਯਤਨ ਦੱਸ ਜਿਸ ਦੇ ਨਾਲ ਮੇਰੀ ਗਿਆਰਵੀਂ ਪੀੜੀ ਵੀ ਬੈਠ ਕੇ ਖਾ ਸਕੇ। ਹੁਣ ਮਨੀਮ ਆਖਣ ਲੱਗਾ ਸੇਠ ਜੀ ਚਲੋ ਆਪਾਂ ਕਿਸੇ ਮਹਾਤਮਾ ਨੂੰ ਦਾਨ ਪੁੰਨ ਕਰਦੇ ਹਾਂ, ਸ਼ਾਇਦ ਤੁਹਾਡਾ ਭਲਾ ਹੋ ਜਾਵੇ, ਤੁਹਾਡੀ ਗਿਆਰਵੀਂ ਪੀੜੀ ਨੂੰ ਵੀ ਬੈਠ ਕੇ ਖਾਣ ਨੂੰ ਮਿਲ ਸਕੇ। ਹੁਣ ਜਿਸ ਸੇਠ ਨੇ ਇੰਨੀ ਮਾਇਆ ਜੋੜੀ ਕਿ 10 ਪੁਸਤਕਾਂ ਬੈਠ ਕੇ ਖਾ ਸਕਦੀਆਂ ਨੇ, ਹੁਣ ਜਦੋਂ ਦਾਨ ਕਰਨ ਲੱਗਾ ਨਾ, ਸਤਿਸੰਗ ਕਿਸੇ ਨੂੰ ਨਸੀਬ ਆਉਂਦਾ ਜਿਹਨਾਂ ਦੇ ਕਰਮਾਂ ਵਿੱਚ ਦਾਨ ਲੱਗਿਆ ਹੋਵੇ ਨਾ, ਬੜੀ ਦੁਨੀਆਂ ਵੀ
ਕਬੀਰ ਤੋਂ ਮੇਰ ਪਈ ਹੈ ਪਰ ਜਿਨ੍ਹਾਂ ਦੇ ਪਸਰਿਆ ਨਾਨਕ ਇੱਕ ਹੰਕਾਰ ਉਹ ਪਰਮਾਤਮਾ ਬੜਾ ਬੇਅੰਤੇ ਪਰ ਜਿਨ੍ਹਾਂ ਨੂੰ ਉਸ ਪਰਮਾਤਮਾ ਤੇ ਭਰੋਸਾ ਜਿਹੜੇ ਡੋਲਦੇ ਨਹੀਂ ਘਰ ਦੇ ਵਿੱਚ ਭਾਵੇਂ ਅੱਤ ਦੀ ਗਰੀਬੀ ਹੋਵੇ ਖਾਣ ਜੋਗਾ ਭਾਵੇਂ ਘਰ ਦੇ ਵਿੱਚ ਰਾਸ਼ਨ ਨਾ ਹੋਵੇ ਜਿਨ੍ਹਾਂ ਦੇ ਕੋਲ ਭਰੋਸਾ ਨਾ ਉਹਨਾਂ ਦੇ ਵੇੜੇ ਪਾਰ ਹੁੰਦੇ ਨੇ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ ਜਿਨ੍ਹਾਂ ਦੇ ਮਨ ਵਿੱਚ ਸਰਦਾ ਨਾ ਗੁਰੂ ਪ੍ਰਤੀ ਪਿਆਰ ਏ ਭਰੋਸਾ ਜਿਨ੍ਹਾਂ ਦੇ ਕੋਲ ਗੁਰੂ ਦਾ ਗਿਆਨ ਏ ਉਹ ਸੱਤ ਸੰਗਿਓ ਤਰ ਜਾਂਦੇ ਨੇ ਉਹਨਾਂ ਦੀ ਗੁਰੂ ਬਾਂਹ ਫੜ ਲੈਂਦਾ ਹੁਣ ਸੇਠ ਆਖਣ ਲੱਗਾ ਮਹਾਤਮਾ ਜੀ ਤੁਸੀਂ ਕੱਲ ਜੋਗਾ ਰਾਸ਼ਨ ਲੈ ਲਵੋ ਆਖਣ ਲੱਗਾ ਨਹੀਂ ਜਿਸ ਪਰਮਾਤਮਾ ਨੇ ਅੱਜ ਜੋਗਾ ਦਿੱਤਾ ਨਾ ਉਹ ਪਰਮਾਤਮਾ ਨੂੰ ਫਿਕਰ ਹੈ ਉਹ ਪਰਮਾਤਮਾ ਕੱਲ ਦਾ ਵੀ ਬੰਦੋਬਸਤ ਕਰ ਦੇਵੇਗਾ ਹੁਣ ਸੇਠ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਪਛਤਾਵਣ ਲੱਗਾ ਕਿ ਹੇ ਮਨਾ ਮੇਰੇ ਕੋਲ ਇੰਨੀ ਧਨ ਇੰਨੀ ਮੇਰੇ ਕੋਲ ਮਾਇਆ ਹੈ ਮੇਰੀਆਂ 10 ਪੁਸਤਕਾਂ ਬੈਠ ਕੇ ਖਾ ਸਕਦੀਆਂ ਨੇ ਪਰ ਫਿਰ ਵੀ ਮੈਨੂੰ 11ਵੀਂ ਪੀੜ੍ਹੀ ਦੀ ਚਿੰਤਾ ਲੱਗੀ ਹੋਈ ਏ ਧਨ ਇਹ ਮਹਾਤਮਾ ਜੀ ਨੇ ਜਿਨ੍ਹਾਂ ਦੇ ਘਰ ਅੱਜ ਜੋਗਾ ਰਾਸ਼ਨ ਹੈ ਪਰ ਕੱਲ ਦਾ ਇਹਨਾਂ ਨੂੰ ਫਿਕਰ ਨਹੀਂ ਸੇਠ ਦੀ ਸਮਝ ਆ ਗਈ ਗਿਆਨ ਆ ਗਿਆ ਮਹਾਤਮਾ ਜੀ ਤੋਂ ਗਿਆਨ ਦੀ ਦਾਤ ਪ੍ਰਾਪਤ ਹੋ ਗਈ ਕਿ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਨਾ ਗੁਰੂ ਤੇ ਵਿਸ਼ਵਾਸ ਰੱਖਦੇ ਨੇ ਜਿਹੜੇ ਡੋਲਦੇ ਨਹੀਂ ਸਦਾ ਹੀ ਰੱਬ ਦਾ ਉਹ ਟਾਸਰਾ ਲੈ ਕੇ ਚੱਲਦੇ ਨੇ ਉਹਨਾਂ ਦਾ ਸੱਤ ਸੰਗੀ ਉਹ ਸਦਾ ਹੀ ਵੇੜੇ ਪਾਰ ਹੁੰਦੇ ਨੇ ਤੇ ਜਿਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਜਿਨ੍ਹਾਂ ਦੇ ਕੋਲ ਗੁਰੂ ਦਾ ਗਿਆਨ ਨਹੀਂ ਅਗਿਆਨਤਾ ਉਹ ਭਾਵੇਂ ਜਿੰਨੀ ਮਰਜ਼ੀ ਮਾਇਆ ਹੋਵੇ ਧਨ ਪਦਾਰਥ ਹੋਣ ਉਹ ਸੱਤ ਸੰਗੀ ਉਹਨਾਂ ਦੇ ਵੇੜੇ ਕਦੇ ਪਾਰ ਨਹੀਂ ਹੁੰਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਭਜਦਾ ਸ਼ਾਮ ਤੱਕ ਭਟਕਦਾ ਹੀ ਰਹਿੰਦਾ ਕਿ ਕਿਵੇਂ ਨਾ ਕਿਵੇਂ ਮੇਰਾ ਪਰਿਵਾਰ ਖੁਸ਼ ਰਵੇ ਮੇਰੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਵੇ ਕਿਉਂਕਿ ਜਦੋਂ ਪਰਿਵਾਰ ਖੁਸ਼ੇ ਤੇ ਮਨੁੱਖ ਦਾ ਮਨ ਤੇ ਆਪੇ ਗੁਰੂ ਦੀ ਕਿਰਪਾ ਦੇ ਨਾਲ ਕੁਛ ਹੋਵੇਗਾ ਹੁਣ ਸਤਿਗੁਰੂ ਜੀ ਕੀ ਆਖਦੇ ਨੇ ਗੁਰਬਾਣੀ ਦੇ ਵਿੱਚ ਆਨੰਦ ਆਨੰਦ ਕਿ ਹਰ ਕੋਈ ਮਨੁੱਖ ਚਾਹੁੰਦਾ ਆਨੰਦ ਪ੍ਰਾਪਤ ਹੋਵੇ ਮਨ ਨੂੰ ਆਨੰਦ ਪ੍ਰਾਪਤ ਹੋਵੇ ਆਨੰਦ ਆਨੰਦ ਸਭ ਉਹ ਕਹੈ ਆਨੰਦ ਗੁਰੂ ਤੇ ਜਾਣਿਆ ਕਿ ਭਾਈ ਉਹ ਜਿਹੜਾ ਅਸਲੀ ਆਨੰਦ ਹੈ ਨਾ ਜਿਸ ਦੇ ਨਾਲ ਮਨ ਨੂੰ ਸ਼ਾਂਤੀ ਪ੍ਰਾਪਤ ਹੋਣੀ ਹੈ ਉਹ ਆਨੰਦ ਗੁਰੂ ਪਾਤਸ਼ਾਹ ਜੀ ਤੋਂ ਪ੍ਰਾਪਤ ਹੋਣਾ ਹੈ ਇਹ ਜਿਹੜੇ ਬਾਹਰਲੇ ਆਨੰਦ ਨੇ ਨਾ ਜਿਹੜੇ ਬਾਹਰ ਆਪਾਂ ਆਨੰਦ ਮਾਣਦੇ ਹਾਂ ਮਾਇਆ ਕਰਕੇ ਜਿਸ ਨੂੰ ਆਪਾਂ ਆਨੰਦ ਸਮਝਦੇ ਹਾਂ ਮਾਇਆ ਦੇ ਵਿੱਚ ਆਪਾਂ ਖੁਸ਼ੀ ਸਮਝਦੇ ਹਾਂ ਪਰ ਸਤਿਗੁਰੂ ਜੀ ਆਖਦੇ ਨੇ ਇਹ ਮਾਇਆ 4 ਦਿਨ ਦੀ ਪ੍ਰਾਹੁਣੀ ਹੁੰਦੀ ਹੈ ਅੱਜ ਤੇਰੇ ਕੋਲ ਤੇ ਕੱਲ ਮੇਰੇ ਕੋਲ ਕਿਉਂਕਿ ਇਹ ਮਾਇਆ ਮਾਇਆ ਸਭ ਉਹ ਕਹੈ ਸਤਿਗੁਰੂ ਜੀ ਆਖਦੇ ਨੇ ਹਰ ਇੱਕ ਮਨੁੱਖ ਮਾਇਆ ਮਾਇਆ ਕਰਦਾ ਫਿਰਦਾ ਹੈ ਪਰ ਇਹ ਮਾਇਆ ਕਿਸੇ ਦੇ ਸਾਥ ਨਹੀਂ ਨਿਭਦੀ ਮਾਇਆ ਇਹ ਸਭ ਕੁਝ ਧਨ ਪਦਾਰਥ ਇੱਥੇ ਹੀ ਰਹਿ ਜਾਂਦਾ ਹੈ ਜਿਹੜਾ ਅਸਲੀ ਆਨੰਦ ਏ ਅਸਲੀ ਜਿਹੜੀ ਖੁਸ਼ੀ ਏ ਉਹ ਗੁਰੂ ਪਾਤਸ਼ਾਹ ਜੀ ਤੋਂ ਪ੍ਰਾਪਤ ਹੋਣੀ ਏ ਇਸ ਕਰਕੇ ਬੇਨਤੀ ਹੈ ਆਪਾਂ ਜਿੰਨਾ ਵੀ ਹੋਵੇ ਵੱਧ ਤੋਂ ਵੱਧ ਗੁਰੂ ਦੇ ਚਰਨੇ ਲੱਗੀਏ ਗੁਰੂ ਦਾ ਗਿਆਨ ਹਾਸਲ ਕਰੀਏ ਗੁਰ ਬਿਨ ਘੋਰ ਅੰਧਾਰ ਗੁਰੂ ਬਿਨਾਂ ਸਮਝ ਨਾ ਆਵੇ ਗੁਰੂ ਤੋਂ ਬਿਨਾਂ ਸਮਝ ਨਹੀਂ ਆਉਣੀ ਜ਼ਿੰਦਗੀ ਜੀਵਣ ਦੀ ਗੁਰੂ ਤੋਂ ਬਿਨਾਂ ਗਿਆਨ ਹਾਸਲ ਨਹੀਂ ਹੋਣਾ ਗੁਰੂ ਤੋਂ ਬਿਨਾਂ ਖੁਸ਼ੀ ਪ੍ਰਾਪਤ ਨਹੀਂ ਹੋਣੀ
ਇਸ ਕਰਕੇ ਲੋੜ ਹੈ ਗੁਰੂ ਮਾਨਿਓ ਗ੍ਰੰਥ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨੀਏ, ਰੋਜ਼ਾਨਾ ਨਿਤ ਨੇਮੀ ਹੋਈਏ, ਗੁਰੂ ਦੀ ਬਾਣੀ ਪੜ੍ਹੀਏ, ਵੱਧ ਤੋਂ ਵੱਧ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਸਿਮਰੀਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਵੱਧ ਤੋਂ ਵੱਧ ਪਰਮਾਤਮਾ ਦਾ ਨਾਮ ਸਿਮਰੀਏ। ਨਾਮ ਧਰਤੀ ਇਹ ਮਾਇਆ ਨੂੰ ਤਰ ਕਰੀ, ਆਪਾਂ ਨਾਮ ਧਰਤੀ ਕਮਾਈ ਨੂੰ ਇਕੱਠਾ ਕਰਨਾ। ਜਿਸ ਕਮਾਈ ਨੇ ਸਤ ਸੰਗਿਓ ਆਪਣੇ ਲੋਕ ਸੁਖੀਏ, ਪਰ ਲੋਕ ਸਹੇਲੇ ਕਰਨੇ ਨੇ ਤੋਂ ਬਚਾਉਣਾ, ਉਹ ਨਾਮ ਧਨ ਦੀ ਕਮਾਈ ਨੂੰ ਕਦਰ ਕਰੀਏ। ਇਸ ਕਰਕੇ ਆਓ ਸਾਰੀ ਸੰਗਤ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਜੋ ਆਪ ਸੰਗਤਾਂ ਨੇ ਇਤਨੇ ਕੀਮਤੀ ਰੁਝੇਵਿਆਂ ਚੋਂ ਸਮੇਂ ਚੋਂ ਸਮਾਂ ਕੱਢ ਕੇ ਹਾਜ਼ਰੀ ਲਵਾਈ ਹੈ, ਸਾਰੀ ਸੰਗਤ ਪਰਿਵਾਰ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ। ਸੋ ਅੱਜ ਆਪਾਂ ਸਰਦਾਰ ਚੰਦ ਸਿੰਘ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹਾਂ। ਜੋ ਸਰਦਾਰ ਚੰਦ ਸਿੰਘ ਜੀ ਆਪਣੀ ਜ਼ਿੰਦਗੀ ਜਿੰਨੇ ਵੀ ਸਵਾਸ ਹਨ ਪਰਮਾਤਮਾ ਦੇ ਚਰਨੀ ਲਾਏ ਨੇ, ਆਪਾਂ ਇੱਥੋਂ ਇਹੀ ਸਿੱਖਿਆ ਹਾਸਿਲ ਕਰਕੇ ਜਾਣੀ ਹੈ। ਜਿਸ ਤਰ੍ਹਾਂ ਵੇਖੋ ਸਾਰੇ ਪਰਿਵਾਰ ਨੇ ਆਪਣਾ ਜਿਹੜਾ ਅਸਲੀ ਫਰਜ਼ ਹੈ, ਕਿਉਂਕਿ ਮਾਤਾ ਪਿਤਾ ਹੀ ਰੱਬ ਦਾ ਰੂਪ ਹੁੰਦੇ ਨੇ। ਬਜ਼ੁਰਗ ਮਾਤਾ ਪਿਤਾ ਇਹ ਰੱਬ ਦਾ ਇੱਕ ਨਾਮ ਨੇ। ਜਿਸ ਮਨੁੱਖ ਨੇ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ ਤੇ ਸਤ ਸੰਗਿਓ ਗੁਰੂ ਵੀ ਉਸ ਮਨੁੱਖ ਤੇ ਖੁਸ਼ ਨਹੀਂ ਹੁੰਦਾ। ਜਿਨ੍ਹਾਂ ਨੇ ਮਾਤਾ ਪਿਤਾ ਦੀ ਸੇਵਾ ਕਰ ਲਈ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ। ਇਸ ਕਰਕੇ ਲੋੜ ਹੈ ਭਾਈ ਜਿੰਨਾ ਵੀ ਹੋਵੇ ਵੱਧ ਤੋਂ ਵੱਧ ਆਪਣੇ ਬਜ਼ੁਰਗਾਂ ਦਾ ਮਾਤਾ ਪਿਤਾ ਦਾ ਸਤਿਕਾਰ ਕਰੀਏ। ਜਿਹੜਾ ਉਹਨਾਂ ਨੂੰ ਸਤਿਕਾਰ ਦੇਣਾ ਚਾਹੀਦਾ ਉਹ ਸਤਿਕਾਰ ਦੇਈਏ, ਉਹਨਾਂ ਦਾ ਵੱਧ ਤੋਂ ਵੱਧ ਸੇਵਾ ਕਰੀਏ। ਜਿਹੜੇ ਆਪਣੇ ਅਸਲੀ ਫਰਜ਼ ਨੇ, ਜਿਸ ਤਰ੍ਹਾਂ ਗੁਰਮੁਖ ਪਰਿਵਾਰ ਨੇ ਸਰਦਾਰ ਚੰਦ ਸਿੰਘ ਜੀ ਦੀ ਬੜੀ ਸੇਵਾ ਕੀਤੀ ਹੈ, ਸਾਰਾ ਪਰਿਵਾਰ ਹੀ ਬੜਾ ਗੁਰੂ ਨੂੰ ਮੰਨਣ ਵਾਲਾ ਗੁਰਮੁਖ ਪਰਿਵਾਰ ਹੈ, ਤੇ ਇਸੇ ਤਰ੍ਹਾਂ ਸਤ ਸੰਗਿਓ ਆਪਾਂ ਇੱਥੋਂ ਇਹ ਸਿੱਖਿਆ ਹਾਸਲ ਕਰਕੇ ਜਾਣੀ ਹੈ ਕਿ ਵੱਧ ਤੋਂ ਵੱਧ ਆਪਣੇ ਬਜ਼ੁਰਗਾਂ ਦੀ ਸੇਵਾ ਕਰੀਏ। ਜੇ ਘਰ ਦੇ ਵਿੱਚ ਬਜ਼ੁਰਗ ਖੁਸ਼ ਹੈ ਨਾ, ਘਰ ਦੇ ਵਿੱਚ ਬਜ਼ੁਰਗ ਖੁਸ਼ ਹੈ ਤੇ ਸਤ ਸੰਗਿਓ ਗੁਰੂ ਦੀ ਆਪਣੇ ਤੇ ਕਿਰਪਾ ਹੈ। ਜੇ ਬਾਹਰ ਆਪਾਂ ਲੰਗਰ ਲਾ ਰਹੇ ਹਾਂ, ਘਰ ਦੇ ਵਿੱਚ ਮਾਤਾ ਪਿਤਾ ਭੁੱਖੇ ਬੈਠੇ ਨੇ, ਫਿਰ ਉਹ ਦਾਨ ਪੁੰਨ ਵੀ ਸਫਲ ਨਹੀਂ। ਘਰ ਦੇ ਵਿੱਚ ਜਿਹੜੇ ਰੱਬ ਬੈਠਾ ਹੋਇਆ ਨਾ, ਮਾਤਾ ਪਿਤਾ ਇੱਕ ਰੱਬ ਦਾ ਦਰਜਾ ਨੇ, ਜਿਨ੍ਹਾਂ ਨੇ ਆਪਣਾ ਨੂੰ ਜਨਮ ਦਿੱਤਾ, ਉਹਨਾਂ ਦਾ ਵੱਧ ਤੋਂ ਵੱਧ ਆਪਾਂ ਸਤਿਕਾਰ ਕਰੀਏ। ਇਹੀ ਆਪਾਂ ਇੱਕ ਸਿੱਖਿਆ ਹਾਸਲ ਕਰਕੇ ਜਾਣੀ। ਆਓ ਇੱਕ ਪਾਵਨ ਪਵਿੱਤਰ ਸ਼ਬਦ ਸਾਰੀ ਸੰਗਤ ਸਰਵਨ ਕਰੀਏ, ਉਸ ਤੋਂ ਬਾਅਦ ਸ੍ਰੀ ਅਨੰਦ ਸਾਹਿਬ ਜੀ ਦੇ ਜਾਪ Thank you.
I'm not.
Thank you.
ਤ੍ਰਾਸ ਤਾਂ ਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਅਰਦਾਸ ਬੇਨਤੀ ਅਰਦਾਸ ਇੱਕੋ ਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਰੀ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੁਰਤੀ ਸਿਮਰ ਗਿਆ ਗੁਰੂ ਨਾਨਕ ਲੈਤੇ ਆਏ ਫਿਰ ਗੁਰਨੇ ਅਮਰਦਾਸ ਰਾਮ ਦੱਸਦਾ ਹੀ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿਠੇ ਸਬਦ ਬਜਾਏ ਹਾਈ ਸੰਧਾਈ ਉਹਨਾਂ ਜੀ ਸਹਾਈ ਦਸਵੇਂ ਪਾਤਸ਼ਾਹ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਲ ਪਲ ਕੇ ਰਾਖੇ ਸਭਾਈ ਹੋਣਾ ਜੀ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਵੱਲੋਂ ਜੀ ਸ਼੍ਰੀ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਚੌਹਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਵੱਲੋਂ ਜੀ ਸ਼੍ਰੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਹਨਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਦਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਵੱਲੋਂ ਜੀ ਸ਼੍ਰੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਵੱਲੋਂ ਜੀ ਸ਼੍ਰੀ ਪ੍ਰਥਮੇ ਸਰਬਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵੈ ਚਿਤਿਆਵੈ ਕਾ ਸਤਕਾਰ ਸਰਬਸ ਕੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਾਇਤ ਦੀਪਤੀ ਫਤਿਹ ਬ੍ਰਿਤ ਕੀ ਪੈ ਜਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲਾਂ ਜੀ ਨਾਲ ਚੌਂਕੀਆਂ ਝੰਡੀ ਹੁੰਗੇ ਜੁਗ ਜੁਗ ਅਟਲ ਧਰਮ ਦਾ ਜੈ ਜੈਕਾਰ ਹੋਵੇ ਬੋਲਾਂ ਜੀ ਸ਼੍ਰੀ ਆਪ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਬਾਰ ਜੀਓ ਛੋਟ ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਸਤਿਗੁਰ ਜੀਓ ਆਪ ਜੀਆਂ ਦੇ ਮਹਾਂਵਾਕ ਹਨ ਰਾਣਾ ਰਾਵਣਾ ਪੋਰ ਹੈ ਰੰਗ ਨਤੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਜਿਹਾ ਜੇਰੇ ਲਿਖਿਆ ਤਿਹਾ ਹੁਕਮ ਕਮਾਹੇ ਘੱਲੇ ਆਵੈ ਨਾਨਕਾ ਸਦੇ ਉੱਠੇ ਜਾਹੇ ਦੇ ਮਹਾਂਵਾਕ ਅਨੁਸਾਰ ਸਤਿਗੁਰ ਜੀ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਮਾਨ ਭਾਈ ਚੰਦ ਸਿੰਘ ਜੋ ਕਿ ਪਿਛਲੇ ਕਈ ਦਿਨਾਂ ਤੋਂ ਸਤਿਗੁਰ ਜੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਨੇ ਬੱਚਿਆਂ ਨੇ ਰਲ ਮਿਲ ਕੇ ਸਤਿਗੁਰ ਜੀ ਆਪ ਜੀਆਂ ਦੇ ਓਟ ਆਸਰੇ ਲੈਂਦਿਆਂ ਹੋਇਆ ਆਪਣੇ ਗ੍ਰਹਿ ਵਿਖੇ ਧੁਰਕੀ ਬਾਣੀ ਆਏ ਤਿਨ ਸਗਲੀ ਚਿੰਤ ਮਿਟਾਈ ਦੇ ਮਹਾਂਵਾਕਾਂ ਅਨੁਸਾਰ ਪਿਤਾ ਜੀ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਹੋਏ ਸਨ ਜਿਨ੍ਹਾਂ ਦੇ ਆਦਿ ਤੋਂ ਮੱਧ ਮੱਧ ਤੋਂ ਸੰਪੂਰਨ ਭੋਗ ਪਾਏ ਗਏ ਹੁਣ ਉਪਰੰਤ ਆਪ ਜੀ ਦੀ ਹਜ਼ੂਰੀ ਅੰਦਰ ਹਰੀ ਜਸ ਕੀਰਤਨ ਕੀਤੇ ਗਏ ਹੁਣ ਗੁਰਬਾਣੀ ਦੀ ਵਿਚਾਰ ਕੀਤੀ ਗਈ ਹੈ ਇਤਿਹਾਸ ਦੀ ਵਿਚਾਰ ਕੀਤੀ ਗਈ ਹੈ ਕਿਰਪਾ ਕਰਨੀ ਸਤਿਗੁਰ ਜੀ ਬਾਣੀ ਪੜਦਿਆਂ ਕੋਲੋਂ ਸੇਵਾਦਾਰਾਂ ਕੋਲੋਂ ਅਨੇਕਾਂ ਹੀ ਪ੍ਰਕਾਰਾਂ ਦੀਆਂ ਬੇਅੰਤ ਭੁੱਲਾਂ ਗਲਤੀਆਂ ਤਰੱਕੀਆਂ ਹੋ ਗਈਆਂ ਹੋਣਗੀਆਂ ਸੋ ਅਣਜਾਣ ਬੱਚੇ ਸਮਝ ਕੇ ਮੁਆਫ ਕਰ ਦੇਣਾ ਅੱਗੇ ਵਾਸਤੇ ਸ਼ੁੱਧ ਗੁਰਬਾਣੀ ਪੜ੍ਹਨ ਦੇ ਸ਼ੁੱਧ ਸੇਵਾ ਕਰਨ ਦੀ ਬਲਬੁੱਧੀ ਬਖਸ਼ਣੀ ਕਿਰਪਾਏ ਆਪਣੇ ਸ਼ਬਦਾਂ ਵਿੱਚ ਸਰਬੱਤ ਦਾ ਭਲਾ
ਪ੍ਰਗਿਆ ਭਈ ਅਕਾਲ ਕੀ ਮਾਰ ਮੈਂ ਬੁਲਾਰਿਆਂ ਨੂੰ ਬੇਨਤੀ ਕਰਾਂਗਾ ਤੇ ਟਾਈਮ ਦੇ ਵਿੱਚ ਆਪਣਾ
ਸਾਡਾ ਤੇ ਸਰਕਾਰ ਕੋਈ ਕੰਮ ਮੈਂ ਸਰਦਾਰ ਲਾਲ ਸਿੰਘ ਜੀ ਸਾਬਕਾ ਮੈਨੇਜਰ ਲਵਾਣ ਬੇਨਤੀ ਕਰਾਂਗਾ ਸੀਨੂ ਟਾਈਮ ਦੇ ਵਿੱਚ ਸਾਡਾ ਤੇ ਸਰਕਾਰ ਭੇਟ ਕਰਨ ਸਰਦਾਰ ਲਾਲ ਸਿੰਘ ਜੀ ਖਟਲਾ ਲਵਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਰਿਸ਼ਤੇਦਾਰਾਂ ਦੇ ਰੂਪ ਦੇ ਵਿੱਚ, ਸਕੇ ਸੰਬੰਧੀਆਂ ਦੇ ਰੂਪ ਦੇ ਵਿੱਚ, ਇਲਾਕਾ ਨਿਵਾਸੀਆਂ ਦੇ ਰੂਪ ਦੇ ਵਿੱਚ ਉਸ ਮਹਾਨ ਆਪਣਾ ਜਿਹੜੇ ਅੱਜ ਸਾਤੋਂ ਕੁਝ ਦਿਨ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਕੇ ਸਦਾ ਲਈ ਸਾਨੂੰ ਅਲਵਿਦਾ ਕਹਿ ਕੇ ਇੱਥੋਂ ਚਲੇ ਗਏ ਸਰਦਾਰ ਚੰਦ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੇ ਲਈ ਕਰ ਰੱਖੋ ਹੈ। ਸਤਸੰਗ ਜੀ, ਮੈਂ ਆਪਣੇ ਜੀਵਨ ਦੇ ਵਿੱਚ ਸਰਦਾਰ ਚੰਦ ਸਿੰਘ ਨੂੰ ਪਿਛਲੇ 20-25 ਵਰ੍ਹਿਆਂ ਤੋਂ ਜਾਣਦਾ। ਜੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜ ਕੇ ਇਹ ਗੱਲ ਕਹਿ ਦੇਵਾਂ ਕਿ ਮੈਂ ਇਤਨਾ ਸੁਨਿਮਤ, ਇਤਨਾ ਸਮਝਦਾਰ ਅਤੇ ਇਤਨਾ ਸਿਆਣਾ ਇਨਸਾਨ ਮੇਰੀ ਸੰਗਤ ਦੇ ਵਿੱਚ ਕਦੇ ਆਇਆ ਹੋਵੇ ਤਾਂ ਮੇਰੀ ਇੱਕ ਕਥਨੀ ਹੋਈ ਹੋਵੇ। ਗੁਰੂ ਮਹਾਰਾਜ ਨੂੰ ਗੁਰਬਾਣੀਆਂ ਦੇ ਵਿੱਚ ਆਉਂਦਾ ਗੁਰਮਤ ਜਨਮ ਸਵਾਰ ਤੱਕ ਚੱਲਿਆ, ਸੱਚੀ ਦਰਜਾ ਜਾਏ ਸੱਚਾ ਧਿਰ ਮੰਨਿਆ। ਗੁਰਮਤ ਕਿਸਨੂੰ ਕਿਹਾ ਗਿਆ? ਗੁਰਬਾਣੀ ਦੇ ਵਿੱਚ ਗੁਰਮਤ ਦੀ ਡੈਫੀਨੇਸ਼ਨ ਕੀ ਹੈ? ਕਹਿੰਦੇ ਜਿਸਦੇ ਮੁਖਰ ਗੁਰੂ ਦਾ ਨਾਮ ਹੋਵੇ, ਜਿਸਦਾ ਮੁੱਖ ਗੁਰੂ ਦੇ ਮੁੱਖ ਵਰਗਾ ਹੋਵੇ, ਆਪ ਰਹਿਣੀ ਸਹਿਣੀ ਗੁਰੂ ਦੇ ਨਾਲ ਮੇਲ ਪੈਂਦੀ ਹੋਵੇ। ਗੁਰੂ ਸਾਹਿਬ ਨੇ ਕਿਹਾ ਸਿੱਖ ਪਿਆਰਾ ਮੁਝ ਤੋਂ, ਰਹਿਤ ਪਿਆਰੀ ਮੁਝ ਤੋਂ, ਸਿੱਖ ਪਿਆਰਾ ਲਾਹੇ। ਸਰਦਾਰ ਚੰਦ ਸਿੰਘ ਜੀ ਇੱਕ ਪੂਰਨ ਗੁਰਸਿੱਖ, ਇੱਕ ਸੱਚੇ ਸੁੱਚੇ ਪਰਿਵਾਰਕ ਸੇਵਕ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਦੀ ਸੇਵਾ ਕੀਤੀ, ਆਪਣੇ ਬੱਚਿਆਂ ਦੀ ਸੇਵਾ ਕੀਤੀ, ਫਿਰ ਉਸ ਤੋਂ ਬਾਅਦ ਕਦੇ ਸੋਚਿਆ ਹੋਏਗਾ ਕਿ ਗੁਰੂ ਮਹਾਰਾਜ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਨਾਮ ਵੀ ਲਿਆ ਜਾਵੇ ਤਾਂ ਉੱਥੇ ਆ ਕੇ ਜਦੋਂ ਇਹਨਾਂ ਨੇ ਚੋਇਸ ਕੀਤੀ ਵੀ ਕਿਸ ਪਾਸੇ ਨੂੰ ਤੁਰਿਆ ਜਾਵੇ ਤਾਂ ਉਸ ਵਕਤ ਹਿੰਦੁਸਤਾਨ ਦੀ ਨਹੀਂ ਦੁਨੀਆਂ ਦੀ ਮਹਾਨ ਸੰਪਰਦਾ ਰਾਧਾ ਸਵਾਮੀ ਸੰਪਰਦਾ ਵਿੱਚ ਬਹੁਤ ਸਾਰੇ ਸੰਗੀ ਬੈਠੇ ਹੋਣਗੇ ਰੱਬ ਨੂੰ ਪਿਆਰ ਕਰਨ ਵਾਲੇ। ਇਹਨਾਂ ਨੇ ਉਹ ਸੰਪਰਦਾ ਦਾ ਓਟ ਆਸਰਾ ਲੈ ਕੇ ਆਪਣੇ ਪਰਿਵਾਰ ਨੂੰ ਅਤੇ ਆਪਣੇ ਆਪ ਨੂੰ ਉਹਨਾਂ ਨੇ ਲੜਨਾ ਹੈ। ਕਿੱਥੋਂ ਕਿੱਥੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਕਬੀਰ ਜੀ ਦੀ ਬਾਣੀ ਆ ਕਿ ਸੇਵਾ ਕੋ ਦੋਏ ਪਰੇ ਇੱਕ ਸੰਤ ਚੜ੍ਹਾ ਰਾਮ ਜੁਲਾਪਾ ਦੁੱਖਤਾ ਸੰਤ ਦਿਖਾਉਣ ਦੇਣਾ। ਇਹੀ ਇੱਕ ਉਹਨਾਂ ਦੇ ਮਨ 'ਤੇ ਗੱਲ ਲੱਗੀ ਕਿ ਜੇ ਪਰਮਾਤਮਾ ਨੂੰ ਮਿਲਣਾ, ਸੰਤ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜਾ ਕੇ ਮੇਲ ਕਰਨਾ ਤਾਂ ਕਿਸੇ ਮਹਾਨ ਸੰਤ ਮਹਾਨ ਸਾਧਨ ਦੇ ਨਾਲ ਲੱਗਣਾ ਚਾਹੀਦਾ। ਇਹ ਸਰਦਾਰ ਚੰਦ ਸਿੰਘ ਜੀ ਆਪਣੇ ਪਰਿਵਾਰ ਨੂੰ ਅਤੇ ਆਪ ਨੂੰ ਸੰਤਾਂ ਦੇ ਨਾਲ ਲਾਇਆ ਅਤੇ ਹੁਣ ਤੱਕ ਲਗਾਤਾਰ ਪਰਿਵਾਰ ਉਹਨਾਂ ਸੰਤਾਂ ਦੇ ਨਾਲ ਲੱਗਿਆ ਹੋਇਆ। ਜੀਵਨ ਦੇ ਵਿੱਚ ਉਹੀ ਇਨਸਾਨ ਨੂੰ ਸਫਲ ਇਨਸਾਨ ਕਿਹਾ ਜਾਂਦਾ ਜਿਹੜਾ ਇਨਸਾਨ ਆਪਣੇ ਸਾਰੇ ਫਰਜ਼ ਪੂਰੇ ਕਰਕੇ ਜਾਵੇ। ਇਹਨਾਂ ਨੇ ਆਪਣੇ ਬੱਚਿਆਂ ਦਾ ਜਿੱਥੇ ਚੰਗੀ ਤਰ੍ਹਾਂ ਪਾਲਣ ਪੋਸ਼ਣ ਕੀਤਾ ਉੱਥੇ ਇਹਨਾਂ ਨੇ ਆਪਣੇ ਬੱਚਿਆਂ ਨੂੰ ਬਹੁਤ ਹੀ ਵਧੀਆ ਪਰਿਵਾਰਾਂ ਦੇ ਵਿੱਚ ਇਹਨਾਂ ਦੀ ਸ਼ਾਦੀ ਕੀਤੀ। ਦੋਵੇਂ ਪੁੱਤਰ ਨੂੰ ਚੰਗੇ ਘਰ ਰਿਹਾ ਅਤੇ ਆਪਣੀ ਬੇਟੀ ਦੀਪਾਵਰ ਕੌਰ ਜੀ ਨੂੰ ਮੇਰੇ ਆਪਣੇ ਪਿੰਡ ਦੇ ਵਿੱਚ ਨਮੋਦਾਰ ਸੁਖਚੈਨ ਸਿੰਘ ਜੀ ਜਿਹੜੇ ਇੱਥੇ ਬੈਠੇ ਉਹਨਾਂ ਦੇ ਨਾਲ ਉਹਨਾਂ ਦੀ ਸ਼ਾਦੀ ਕੀਤੀ। ਬਹੁਤ ਵਧੀਆ ਆਪਣੇ ਪਰਿਵਾਰ ਨੂੰ ਚਲਾਇਆ, ਆਪਣੇ ਪਰਿਵਾਰ ਦੀ ਸੇਵਾ ਕੀਤੀ। ਜੋ ਕੁਝ ਸਮਾਂ ਪਹਿਲਾਂ ਹਾਲੇ ਭਾਵੇਂ ਉਹਨਾਂ ਦੇ ਇਸ ਜਗਤ ਤੋਂ ਜਾਣ ਦੇ ਲਈ ਉਮਰ ਕੋਈ ਜ਼ਿਆਦਾ ਨਹੀਂ ਸੀ, ਉਮਰ ਬਹੁਤ ਘੱਟ ਸੀ, ਪਰ ਇੱਕ ਨਾਮੁਰਾਦ ਬਿਮਾਰੀ ਨੇ ਉਹਨਾਂ ਨੂੰ ਸਾਡੇ ਤੋਂ ਖੋਹ ਲਿਆ।
ਪਰ ਅੱਜ ਤੋਂ 6-7 ਮਹੀਨੇ ਪਹਿਲਾਂ ਮੈਂ ਤੇ ਸਰਦਾਰ ਰਵਿੰਦਰ ਸਿੰਘ ਉਹਨਾਂ ਦੇ ਕਬਰ ਸਾਹਿਬ ਲੈ ਲਏ, ਉਹਨਾਂ ਦੇ ਇੱਥੇ ਆਏ। ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣ ਦੇ ਬਾਵਜੂਦ ਵੀ ਤੇ ਮੈਨੂੰ ਬਹੁਤ ਭਿਆਨਕ ਬਿਮਾਰੀ ਆ, ਬੜੀ ਚੜ੍ਹਦੀ ਕਲਾ ਦੇ ਵਿੱਚ ਸਾਡੇ ਨਾਲ ਗੱਲਾਂ ਕੀਤੀਆਂ ਅਤੇ ਸਾਨੂੰ ਕਿਹਾ ਕਿ ਕੋਈ ਗੱਲ ਨਹੀਂ, ਜੋ ਵਾਹਿਗੁਰੂ ਨੂੰ ਮੰਨਣਾ ਹੋਵੇ। ਸੋ ਮੈਂ ਅਖੀਰ ਦੇ ਵਿੱਚ ਆਪਣੇ ਵੱਲੋਂ ਸਰਦਾਰ ਚੰਦ ਸਿੰਘ ਜੀ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਟ ਕਰਦਾ, ਉੱਥੇ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਮਐਲਏ ਵੱਲੋਂ ਸ਼੍ਰੀ ਪਾਠਕ ਜੀ ਸਰਦਾਰ ਜੀਤ ਸਿੰਘ ਜੀ ਸਾਡੇ ਨਾਨਾ ਜੀ ਰਾਜਗੜ੍ਹ ਤੋਂ, ਉਹਨਾਂ ਵੀ ਨਾਲ ਇੱਥੇ ਤਰਤ ਪਹੁੰਚੇ ਨੇ, ਬਹੁਤ ਧੰਨਵਾਦ। ਉਸ ਸੰਸਥਾ ਵੱਲੋਂ ਆਰਤੀ ਸੋਗ ਦੇ ਆ ਭੇਜਿਆ, ਉਹਨਾਂ ਦਾ ਵੀ ਪਹਿਲੋਂ ਧੰਨਵਾਦ। ਹੁਣ ਮੈਂ ਸ਼੍ਰੀ ਵਾਪਸ ਜੀ ਨੂੰ ਕਰਮਜੀਤ ਜੀ ਵਾਪਸ PA2 ਸਲਾਹ ਸਭ ਨੂੰ ਧੰਨ ਦੋ ਕੈਬਨਿਟ ਮੰਤਰੀ ਪੰਜਾਬ ਨੂੰ ਬੇਨਤੀ ਕਰਾਂਗਾ ਆਪਣੇ ਸੀਨੀਅਰ ਸਮੇਂ ਵਿੱਚ ਸਾਡਾ ਦੇ ਸਤਿਕਾਰ ਭੇਟ ਕਰ। ਜੁਗੋ ਜੁਗ ਟਲ ਪਾਵਨ ਅਤੇ ਪਵਿੱਤਰ ਗ੍ਰੰਥ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋੜੀ ਜੀ ਜੁੜ ਬੱਚੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਕਰੋ ਰਤਨਾ ਪਵਿੱਤਰ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਬਹੁਤ ਹੀ ਸਤਿਕਾਰਯੋਗ, ਬਹੁਤ ਹੀ ਪੂਜਨੀਕ ਸਰਦਾਰ ਚੰਦ ਸਿੰਘ ਜੀ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ, ਉਹਨਾਂ ਦੇ ਬੇਟੇ ਪ੍ਰਗਟ ਸਿੰਘ ਜੀ, ਮੇਜਰ ਸਿੰਘ ਜੀ, ਸਾਰੇ ਹੀ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਸਤੇ, ਆਪਾਂ ਸਾਰੇ ਹੀ ਰਿਸ਼ਤੇਦਾਰ, ਸਾਖ ਸੰਬੰਧੀ, ਨਗਰਾਂ ਦੇ ਸਰਪੰਚ ਸਾਹਿਬਾਨ, ਪੰਚ ਸਾਹਿਬਾਨ ਸਾਰੇ ਪਹੁੰਚੇ ਹਨ। ਦਾਸ ਜੀ ਵਿਸ਼ੇਸ਼ ਤੌਰ 'ਤੇ ਸਤਿਕਾਰਯੋਗ ਸਾਧੂ ਸਿੰਘ ਜੀ ਧਰਮਸੋਤ, ਕੈਬਨਿਟ ਮੰਤਰੀ ਪੰਜਾਬ, ਉਹਨਾਂ ਵੱਲੋਂ ਨਾਲ ਉਹਨਾਂ ਵੱਲੋਂ ਭੇਜੇ ਹੋਏ ਉਹਨਾਂ ਦੇ ਬੇਟੇ ਕਾਕਾ ਗੁਰਪ੍ਰੀਤ ਸਿੰਘ ਜੀ ਧਰਮਸੋਤ ਬੈਠੇ ਨੇ, ਨਾਲੇ ਸਾਡੇ ਲਕਸ਼ਮੀ ਨਾਰਾਇਣ ਜੀ ਬਲਸਰ ਸਾਹਿਬ, ਪਵਨ ਕੁਮਾਰ ਜੀ ਗਰਭ ਸਾਹਿਬ ਪ੍ਰਧਾਨ ਬਲਾਕ ਕਾਂਗਰਸ ਸ਼ਹਿਰੀ, ਸਾਰੇ ਸਾਥੀ ਇੱਥੇ ਹਾਜ਼ਰ ਹੋਏ ਹਾਂ, ਕਿਉਂਕਿ ਇਹ ਪਰਿਵਾਰ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਪਰਿਵਾਰ, 7-8 ਸਾਲਾਂ ਤੋਂ ਮੰਤਰੀ ਸਾਹਿਬ ਦੇ ਨਾਲ ਨਿੱਜੀ ਤੌਰ 'ਤੇ ਬਹੁਤ ਵੱਡਾ ਸਹਿਯੋਗ ਇਸ ਪਾਰਟੀ ਦੇ ਤੌਰ 'ਤੇ, ਔਰ ਨਾਲ ਹੀ ਮੈਂ ਕਹਿ ਸਕਦਾ ਕਿ ਗੁਰਸਿੱਖ ਪਰਿਵਾਰ ਬਹੁਤ ਇਨਸਾਨ ਤੱਕ ਆਉਂਦੇ ਨੇ, ਜਿਹੜੇ ਬਾਪੂ ਚੰਦ ਸਿੰਘ ਜੀ ਅੱਗੇ ਜਿਹੜੇ ਦਲੇਰਾ ਅਰਾਧਿਆਂ ਦੇ ਹੋਣ, ਨਾਮ ਜਪਣਾ, ਵੰਡ ਛੱਕਣਾ, ਨਿਆਸਰਿਆਂ ਦਾ ਆਸਰਾ ਬਣ ਕੇ ਉਹਨਾਂ ਨੇ ਜਿੱਥੇ ਨਗਰ ਦੀ ਸੇਵਾ ਕੀਤੀ ਆ, ਪਾਰਟੀ ਦੀ ਕੀਤੀ ਆ, ਉੱਥੇ ਹਰ ਇੱਕ ਕੋਈ ਵੀ ਇਹਨਾਂ ਦੇ ਦਰ 'ਤੇ ਚੱਲ ਕੇ ਆ ਗਿਆ, ਕਦੇ ਵੀ ਨਿਰਾਸਰਾ ਨਹੀਂ ਗਿਆ, ਕਿਉਂਕਿ ਅਵਤਾਰ ਨੇ ਟੀਜੂਰੀ ਸਾਰੇ ਰਾਜਸਵਾਮੀ ਸਤਸੰਗ ਅਤੇ ਇੱਥੇ ਮੌਜੂਦ ਸ਼ਖਸੀਅਤਾਂ ਬੈਠੀਆਂ ਨੇ, ਉਹਨਾਂ ਨੇ ਡੇਰੇ ਦੀ ਵੀ ਸੇਵਾ ਜਿਹੜੀ ਆ ਬਹੁਤ ਨੇੜੇ ਹੋ ਕੇ ਕੀਤੀ ਆ। ਸੋ ਬੜਾ ਕੁਛ ਐਸੇ ਇਨਸਾਨਾਂ ਪ੍ਰਤੀ ਬੋਲਿਆ ਜਾ ਸਕਦਾ, ਕਿਉਂਕਿ ਜਿਹੜੇ ਵੋਟ ਦੀ ਛਾਂ ਦੀ ਤਰ੍ਹਾਂ ਹੁੰਦੇ ਨੇ, ਔਰ ਮੈਂ ਕਹਿ ਸਕਦਾ ਕਿ ਬਿਮਾਰੀ ਦੇ ਵਿੱਚ ਵੀ ਜੂਝੇ, ਪਰ ਪਰਿਵਾਰ ਬੜਾ ਨੇਕ ਪਰਿਵਾਰ ਆ, ਬੜੇ ਤਕੜੇ ਹੋ ਕੇ ਸੇਵਾ ਜਿਹੜੀ ਆ ਬੱਚਿਆਂ ਦੀ ਕੀਤੀ ਆ। 3-4 ਸਾਲ ਬਿਮਾਰੀ ਦੇ ਵਿੱਚ ਸੰਘਰਸ਼ ਵੀ ਕੀਤਾ, ਫਿਰ ਵੀ ਬੱਚਿਆਂ ਨੇ ਪ੍ਰਗਟ ਸਿੰਘ ਅਤੇ ਮੇਜਰ ਸਿੰਘ ਹੋਰਾਂ ਨੇ ਬੜੀ ਦਿਆਨਦਾਰੀ ਨਾਲ ਸੇਵਾ ਕਰਕੇ ਜਿਹੜਾ ਸਾਨੂੰ ਰਸਤਾ ਵੀ ਦਿਖਾ ਲਿਆ ਕਿ ਬਜ਼ੁਰਗਾਂ ਦੀ ਸੇਵਾ ਕਿਵੇਂ ਹੁੰਦੀ ਆ। ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਕਾਕਾ ਗੁਰਪ੍ਰੀਤ ਸਿੰਘ ਜੀ ਧਰਮਸੋਤ ਇੱਥੇ ਬੈਠੇ ਨੇ, ਮੰਤਰੀ ਸਾਹਿਬ ਦੇ ਬੇਟੇ, ਉਹਨਾਂ ਦੇ ਪਰਿਵਾਰ ਵੱਲੋਂ ਹਾਜ਼ਰ ਹੁੰਦਾ ਹੋਇਆ ਉਸ ਪੰਥ ਦਾ ਪਰਮਾਤਮਾ ਦੇ ਚਰਨਾਂ 'ਤੇ ਅਰਦਾਸ ਬੇਨਤੀ ਕਿ ਸਾਡੇ ਸਤਿਕਾਰਯੋਗ ਅੰਕਲ ਚੰਦ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ, ਔਰ ਪਿੱਛੇ ਮੇਰੇ ਭਰਾ ਮੇਜਰ ਸਿੰਘ ਜੀ ਅਤੇ ਪ੍ਰਗਟ ਸਿੰਘ ਜੀ ਸਾਰੇ ਹੀ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਪ੍ਰਦਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। PA2 ਕੈਬਨਿਟ ਮੰਤਰੀ ਪੰਜਾਬ ਸਰਕਾਰ, ਹੁਣ ਮੈਂ ਇਸ ਪਰਿਵਾਰ ਵੱਲੋਂ ਆਪਣੀ ਦਸਾਂਨੁਮਾਂ ਦੀ ਕਿਰਤ ਕਮਾਈ ਵਿੱਚੋਂ ਜੋ ਸੰਸਥਾ ਦਾਨ ਕੀਤਾ ਹੈ, ਗੁਰਦੁਆਰਾ ਸਾਹਿਬ ਲਈ 30,000 ਰੁਪਈਆ, ਪ੍ਰਾਇਮਰੀ ਸਕੂਲ ਲਈ 1100 ਰੁਪਈਆ, ਬਾਬਾ ਸ਼ਹੀਦਾਂ ਦੀ ਜਗ੍ਹਾ ਵਾਸਤੇ 1100 ਰੁਪਈਆ,
ਹਨੂਮਾਨ ਮੰਦਰ ਨੂੰ ਬਿਆਨ ਦਿੱਤੀ ਹੈ। ਅੰਤ ਵਿੱਚ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਕਾਕਾ ਰਵਦੀਪ ਸਿੰਘ ਜੀ MLA ਹਲਕਾ ਅਮਲੋਹ ਤੋਂ ਸਰਦਾਰ ਚੰਦ ਸਿੰਘ ਜੀ ਨੂੰ ਸਰਦਾ ਦੇ ਸਤਿਕਾਰ ਭੇਟ ਕਰਨਗੇ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕਰਨਗੇ। ਕਾਕਾ ਰਵਦੀਪ ਸਿੰਘ ਜੀ MLA ਹਲਕਾ ਅਮਲੋਹ ਜੀ ਪਾਵਨ ਅਤੇ ਪਵਿੱਤਰ ਬੋਝ ਸਰਦਾਰ ਚੰਦ ਸਿੰਘ ਜੀ ਦੀ ਅੰਤਿਮ ਅਰਦਾਸ ਉਹਨਾਂ ਦੇ ਪਰਿਵਾਰ ਦੇ ਨਾਲ ਸਰਦਾਰ ਪ੍ਰਗਟ ਸਿੰਘ ਅਤੇ ਸਰਦਾਰ ਮੇਜਰ ਸਿੰਘ ਦੀ ਦੁੱਖ ਦੀ ਘੜੀ ਦੇ ਤਹਿਤ ਸ਼ਿਰਕਤ ਦੇ ਵਿਰਾਜਮਾਨ ਸਾਰੀ ਸਤਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਦੀ ਅਰਜ਼ ਕਰਦਾ ਹਾਂ। ਰਾਜਕੀ ਫਤਿਹ ਜੋ ਫਤਿਹ ਨਾਲ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਮਾਫ਼ੀ ਮੰਗੀ ਕਿ ਸਟੇਜ ਕਰਤਕ ਸਾਹਿਬ ਤੋਂ, ਕਿਉਂਕਿ ਮੇਰਾ ਆਪਣਾ ਮੰਨਣਾ ਹੈ ਜਦ ਆਪਾਂ ਮੱਥਾ ਟੇਕ ਦਿੰਦੇ ਹਾਂ ਅਰਦਾਸ ਹੋ ਜਾਂਦੀ ਹੈ। ਸਾਡੀ ਮਨੁੱਖਤਾ ਚ ਐਡੀ ਵੱਡੀ ਕੋਈ ਹੈਸੀਅਤ ਨਹੀਂ ਜਿਹੜੀ ਪਰਮਾਤਮਾ ਤੋਂ ਉੱਤੇ ਹੋਵੇ। ਦਸਵੇਂ ਪਾਤਸ਼ਾਹ ਨੇ ਫਰਮਾਇਆ ਗੁਰੂ ਮਾਨਿਓ ਗ੍ਰੰਥ ਜੇ ਇਸ ਮਰਿਆਦਿਆਂ ਨੂੰ ਪਰੰਪਰਾ ਨੂੰ ਜਾਗ੍ਰਿਤ ਰੱਖਣਾ ਹੈ, ਜਿਹੜੀ ਮਾੜੀ ਪ੍ਰਿਤ ਹੈ ਸਮਾਜਿਕ ਤੌਰ 'ਤੇ ਰਵਾਇਤ ਆਪਣੇ ਰਾਜਨੀਤਿਕ ਲੋਕਾਂ ਨੇ ਬਣਾਈ ਹੈ, ਰਲ ਮਿਲ ਕੇ ਸਮਾਜਿਕ ਤੌਰ 'ਤੇ ਸਾਨੂੰ ਇਹ ਪਰੰਪਰਾ ਨੂੰ ਦੂਰ ਕਰਨਾ ਪੈਣਾ। ਕਿਤੇ ਨਾ ਕਿਤੇ ਕੋਈ ਐਸੇ ਅਲਫਾਜ਼ ਜਾਂ ਲਫ਼ਜ਼ ਕਹੇ ਜਾਂਦੇ ਹਨ ਰਾਜਨੀਤਿਕ ਇਨਸਾਨ ਤੋਂ, ਤਾਂ ਉਸ ਸਮੇਂ ਅਹਿਸਾਸ ਨਹੀਂ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਜੇ ਕੁਤਾਹੀ ਹੁੰਦੀ ਤਾਂ ਗੁਰੂ ਸਾਹਿਬ ਦਾ ਅਪਮਾਨ ਹੋਣਾ। ਔਰ ਇਸ ਲਈ ਮੈਂ ਮਹਿਸੂਸ ਕਰਦਾ ਜੇ ਸਾਡੇ ਗੁਰੂਆਂ ਦੇ ਵਚਨ 'ਤੇ ਸਾਡੀ ਸਿੱਖੀ ਕੌਮ ਨੂੰ ਜਾਗ੍ਰਿਤ ਰੱਖਣਾ ਹੈ ਤਾਂ ਕਿ ਗਾਹਾਂ ਵਾਲਾ ਯੁੱਗ ਸਾਡੇ ਗੁਰੂ ਸਾਹਿਬਾਂ ਦੀ ਦੇਣ ਨੂੰ ਨਜ਼ਰਅੰਦਾਜ਼ ਨਾ ਕਰੇ ਤਾਂ ਲੋੜ ਹੈ ਸਮੇਂ ਦੀ ਨਿਤਾਂਤ ਦੇ ਤਹਿਤ ਕਿ ਰਵਾਇਤ ਨੂੰ ਫਿਰ ਨੂੰ ਇਸਦਾ ਨਿਪਟਾਰਾ ਸਮਾਜਿਕ ਤੌਰ 'ਤੇ ਕੀਤਾ ਜਾਵੇ। ਔਰ ਬਕਾਇਦਾ ਜਿਹੜਾ ਇਨਸਾਨ ਦੇ ਸਕੱਤਰ ਹਾਜ਼ਰੀ ਲਗਾਉਂਦਾ ਸਾਰੇ ਧਾਰਮਿਕ ਸੰਗਠਨਾਂ ਦਾ, ਸਿਆਸੀ ਪਾਰਟੀਆਂ ਦਾ ਔਰ ਮੋਦੀ ਸ਼ਖਸੀਅਤਾਂ ਦਾ ਨਾਮ ਜ਼ਿਕਰ ਕਰਦੇ ਤਾਂ ਕਿ ਸਮਾਜਿਕ ਤੌਰ 'ਤੇ ਅਸੀਂ ਆਪਣੇ ਗਾਹਾਂ ਵਾਲੇ ਯੁੱਗ ਨੂੰ ਅੱਛੇ ਮਾਰਗਦਰਸ਼ਨ ਦੇ ਸਕੀਏ। ਖਿਮਾ ਦਾ ਜਾਤਿ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਜਿਵੇਂ ਪਰਿਵਾਰ ਨੇ ਤੇ ਸਕੱਤਰ ਸਾਹਿਬ ਨੇ ਫਰਮਾਇਆ। ਸਰਦਾਰ ਚੰਦ ਸਿੰਘ ਜੀ ਬਿਲਕੁਲ ਸਹੀ ਫਰਮਾਇਆ ਕਿ ਕਾਂਗਰਸੀ ਪਰਿਵਾਰ ਨਾਲ ਸੰਬੰਧ ਔਰ ਇਹਨਾਂ ਨੇ ਆਪਣੀ ਮਿਹਨਤ ਮਜ਼ਦੂਰੀ ਕੱਟ ਕੇ ਆਪਣੇ ਪਰਿਵਾਰ ਨੂੰ ਬੜੇ ਔਖੜ ਸਮੇਂ 'ਚੋਂ ਕੱਢ ਕੇ ਸਮਾਜ ਨਾਮ ਕੀਤੇ। ਔਰ ਮੈਂ ਸਮਝਦਾ ਕਰਮਾਂ ਦੇ ਜੀਵ ਮਨੁੱਖਤਾ ਦੀ ਜੀਵਨੀ ਆਪਾਂ ਸਾਰਿਆਂ ਨੂੰ ਮਿਲਦੀ। ਅੱਛੇ ਕਰਮ ਕਰਦੇ ਹਾਂ ਮਨੁੱਖਤਾ ਦੀ ਜੀਵਨੀ ਹਾਸਿਲ ਹੁੰਦੀ। ਔਰ ਹਰ ਕੋਈ ਵਿਅਕਤੀ ਸਮਾਜ ਮਿਹਨਤ ਮਜ਼ਦੂਰੀ ਕਰਕੇ ਆਪਣੀ ਛਾਪ ਜਾਂ ਛਵੀ ਛੱਡਣ ਦੀ ਕੋਸ਼ਿਸ਼ ਕਰਦਾ, ਆਸ ਕਰਦਾ ਕਿ ਸਾਡੀ ਗੁਰਵਾੜੀ ਗਾਹਾਂ ਨੂੰ ਇਸ ਨਾਮ ਨੂੰ ਹੋਰ ਵੀ ਜਾਗ੍ਰਿਤ ਰੋਸ਼ਨ ਕਰ ਸਕੇ। ਲੇਕਿਨ ਇਹ ਸਾਨੂੰ ਅਹਿਸਾਸ ਨਹੀਂ ਹੁੰਦਾ ਜਿੱਦਣ ਉਸ ਪਰਮਾਤਮਾ ਦੇ ਦਰ 'ਤੇ ਸਾਡਾ ਪਵਿੱਤਰ ਧਰਤੀ 'ਤੇ ਜਨਮ ਲਿਖਿਆ ਜਾਂਦਾ ਹੈ, ਉਦਣ ਹੀ ਸਾਡਾ ਆਖਰੀ ਦਿਨ ਦਰਦ ਜਾਂਦਾ ਹੈ।
कहना बड़ा सुखाल है लेकिन सहना बड़ा अजेश जी भारी संगत इकत्र हुई है सरदार चंद सिंह के अंतिम अरदास उन्होंने परिवार न उन्होंने फुलवाड़ी जगतार से मेजर सिंह होना भी उन्होंने रिश्तेदार संबंधियां साथियों के दुख की घड़ी के तहत दुख की शांत बना इंसान की इस समय आके बेबसी हो जाती है हर कोई व्यक्ति चाहता है जिन्हें दसाया गया और मैं भी आके आके गया कि चंद सिंह जी 3 साल तक बीमार चल रहा लेकिन एक कुदरत की फितरत है कुदरत का हुक्म है और भाणा मरना इंसान का बेबसी हो जाती है कुदरत की दात है मनुखता की जीवन तुहाडे नाल सारे नाल गुरु के चरणा च हाजिर हुंदा आ अरदास करदा सच्चे पातशाह सरदार चंद सिंह जी की पिछली रूह नूं अपने चरणा च नवाज बख्शो पिछे समुचे सारे परिवार नूं रिश्तेदारां नूं संबंधियां नूं भाणा मरना नूं बल बख्शी और जिस मार्गदर्शन से परिवार नूं फुलवाड़ी में छड़ के गए उन्होंने मेरे पर हाथ रखी ताकि सरदार चंद सिंह जी सदा भी नाम होना परिवार जागृत कर सके रोशन कर सके कोई ऐसे अल्फाज या लफ्ज कह गया हूं जिसे तहत किसी को कोई दुख या केस पहुंची हुए खेमा दरदार सिखा और वकील जी जिमें हुक्म होया सी परिवार वालों सारी संगतों का धन्यवाद करेंगे तुसी सारे अपने कीमती रुझेवें चो समय कट के इस परिवार के नाल दुख की घड़ी के तहत सारे हाजिर हुए समुचे परिवार वालों रिश्तेदारों वालों साथियों वालों संबंधियों वालों दिल की गहराइया चो सारे का कोट कोट धन्यवाद किया जाता मेरे साथी रह गए बहुत मेरे लिए सारी साहब क्योंकि मेरे ना बहुत तारीफ की इन्होंने भी बहुत अनुभव पहुंचे हूँ गुरु क्या देखा बरतन गया चाह का नंबर तैयार है सारे भैन भरा चाह करके जाना जिस मेरे माई भाई ने किसी ने प्रसादा पानी नहीं कटिया तो प्रसादा पानी जरूर करके जाना वाहेगुरु जी का खालसा वाहेगुरु जी वाहेगुरु जी के हर कहते कहा